ਮੇਰੇ ਵੀਰਾ ਜ਼ਰਾ ਗੌਰ ਨਾਲ ਸੁਣੀ ਨਾ, ਅੱਲਾਹੁ ਅਕਬਰ। ਔਰ ਮੈਂ ਆਪਣੇ ਸੰਗੀਆਂ ਨੂੰ ਵੀ, ਵੀਡੀਓ ਵਾਲਿਆਂ ਨੂੰ ਵੀ ਕਵਾਂਗਾ, ਇਹ ਕਲਿੱਪ ਕੱਟਿਓ ਨਹੀਂ, ਅੱਗੇ ਪਹੁੰਚਾਵਿਓ। ਤੂਫਾਨ ਆ ਗਿਆ, ਮੁਸਲਿਮ ਸ਼ਰੀਫ ਦੀ ਹਦੀਸ ਹੈ, ਮੇਰੇ ਨਬੀ ਦੇ ਗੁਲਾਮੋ ਸੁਣਿਓ ਨਾ। ਤੂਫਾਨ ਆ ਗਿਆ, ਆਂਧੀ ਆ ਗਈ ਜੰਗਲ, ਤਰੇ ਬੰਦੇ ਨੇ ਹੁਣ ਬਚਣ ਵਾਸਤੇ ਕਰੀਏ ਕੀ, ਤੂਫਾਨ ਆ ਗਿਆ ਉਡਾ ਕੇ ਲੈ ਜਾਏਗਾ, ਮਾਰੇ ਜਾਵਾਂਗੇ। ਜੰਗਲ ਵਿੱਚ ਗਾਰ ਮਿਲ ਗਈ, ਚਲੋ ਕੁਝ ਦੇਰ ਇਹਦੇ ਵਿੱਚ ਬਣਾ ਲੈਨੇ ਆ, ਤੂਫਾਨ ਕੋਲੋਂ ਬਚ ਜਾਵਾਂਗੇ। ਗਾਰ ਦੇ ਅੰਦਰ ਗਏ, ਬਸ ਅਚਾਨਕ ਅੱਲਾ ਦਾ ਹੁਕਮ ਹੋ ਗਿਆ ਕੀ, ਤੂਫਾਨ ਆ ਗਿਆ, ਆਂਧੀ ਆ ਗਈ। ਇੱਕ ਬਹੁਤ ਬੜਾ ਪੱਥਰ ਗਾਰ ਦੇ ਮੂੰਹ ਅੱਗੇ ਜਾ ਕੇ ਗਿਰਿਆ, ਰਸਤਾ ਬੰਦ ਹੋ ਗਿਆ। ਤਿੰਨੋਂ ਰੋਣ ਲੱਗ ਪਏ, ਹਾਏ ਜ਼ਿੰਦਗੀ ਬਚਾਉਣ ਦੀ ਖਾਤਰ ਗਾਰ ਵਿੱਚ ਆਏ ਆ, ਲੇਕਿਨ ਮਾਲੂਮ ਐਸਾ ਹੁੰਦਾ ਤੂਫਾਨ ਕੋਲੋਂ ਤੇ ਬਚ ਗਏ ਆ, ਪਰ ਮੌਤ ਕੋਲੋਂ ਨਹੀਂ ਬਚ ਸਕੇ। ਤੂਫਾਨ ਕੋਲੋਂ ਬਚ ਗਏ ਆ, ਮਗਰ ਮੌਤ ਕੋਲੋਂ ਨਹੀਂ ਬਚ ਸਕਦੇ। ਨਾ ਇਹ ਪੱਥਰ ਉਠਾਇਆ ਜਾ ਸਕਦਾ, ਕਈ ਟਨਾਂ ਦਾ ਪੱਥਰ ਹੈ। ਆਏ ਹਾਏ, ਅਸੀਂ ਡਿੱਗ ਨਹੀਂ ਸਕਦੇ, ਗੱਲ ਕੋਈ ਨਹੀਂ, ਹੁਣ ਮਾਰੇ ਜਾਵਾਂਗੇ। ਦੋ ਦਿਨ ਜ਼ਿੰਦਾ ਰਹੀਏ ਜਾਂ ਚਾਰ ਦਿਨ ਜਾਂ ਪੰਜ ਦਿਨ, ਮਰ ਜਾਵਾਂਗੇ। ਤਿੰਨ ਬੰਦੇ ਨੇ, ਅੱਲਾਹੁ ਅਕਬਰ, ਮੌਤ ਨਾ ਕੀ ਹੁੰਦੀ ਏ ਨਾ ਪਿੱਛੇ, ਆਪਣੇ ਵਕਤੇ ਮੁਕਰਰ ਤੇ ਆ ਜਾਂਦੀ ਏ। ਤਿੰਨ ਬੰਦੇ ਨੇ, ਮੁਸਲਿਮ ਸ਼ਰੀਫ ਦੀ ਹਦੀਸ ਏ, ਆਂਧੀ ਆ ਗਈ ਬਚਣ ਵਾਸਤੇ, ਗਾਰ ਗਏ, ਦਰਵਾਜ਼ਾ ਬੰਦ ਹੋ ਗਿਆ, ਪੱਥਰ ਗਿਰਿਆ, ਤਿੰਨੋਂ ਪੈ ਕਹਿੰਦੇ ਨੇ ਤੂਫਾਨ ਕੋਲੋਂ ਤੇ ਬਚ ਗਏ, ਲੇਕਿਨ ਮੌਤ ਕੋਲੋਂ ਨਹੀਂ ਬਚ ਸਕਦੇ। ਹੁਣ ਨਾ ਖਾਣਾ ਨਾ ਪੀਣਾ, ਦੋ ਦਿਨ ਚਾਰ ਦਿਨ ਪੰਜ ਦਿਨ ਜ਼ਿੰਦਾ ਰਵਾਂਗੇ, ਆਖਿਰ ਮੌਤ ਆ ਜਾਏਗੀ। ਹੁਣ ਤਿੰਨੋਂ ਬੈਠੇ ਨੇ, ਉਹਨਾਂ ਕਿਹਾ ਹੁਣ ਬਚਾਂਗੇ ਕਿਵੇਂ, ਪੱਥਰ ਕੌਣ ਉਠਾਏਗਾ। ਉਹਨਾਂ ਕਿਹਾ ਹੁਣ ਹੋਰ ਕੋਈ ਨਹੀਂ ਉਠਾ ਸਕਦਾ, ਉਹੀ ਏ ਜਿਹੜਾ ਰੱਬੁਲ ਆਲਮੀਨ ਹੈ। ਅਗਰ ਵਹੀ ਮਦਦ ਕਰੇ ਤੋ ਕਰੇ, ਆਲਮ ਕਾ ਰੱਬ ਵਹੀ ਹੈ ਬਚਾਨੇ ਵਾਲਾ। ਉਹ ਤਿੰਨੋਂ ਇੱਕ ਦੂਜੇ ਨੂੰ ਪੈ ਕਹਿੰਦੇ ਨੇ, ਮੈਂ ਬਾਈ ਤੈਰ ਨੂੰ ਪਿਆ ਕਹਿੰਦਾ, ਤੈਰ ਮੈਨੂੰ ਪਿਆ ਕਹਿੰਦਾ, ਹਾਂ ਅਗੋ ਜਨਾਬ ਇਹ ਬੱਚਾ ਸਿਵੇ ਇਹਨੂੰ ਪਿਆ ਕਹਿੰਦਾ, ਹਾਜੀ ਨਦੀ ਨੂੰ ਪਿਆ। ਯਾਨੀ ਤਿੰਨੋਂ ਇੱਕ ਦੂਜੇ ਨੂੰ ਪੈ ਕਹਿੰਦੇ ਨੇ, ਓਏ ਸਜਣੋ, ਅੱਲਾਹ ਕੋਲੋਂ ਮੰਗੀਏ। ਉਹਨਾਂ ਕਿਹਾ ਮੰਗ ਤੇ ਲੈਨੇ ਆ, ਪਰ ਸੁਣੇਗਾ। ਫਰਮਾਇਆਗਾ ਮਾਲਿਕ ਉਹਦੀ ਮਰਜ਼ੀ ਹੈ, ਅਗਰ ਜ਼ਿੰਦਗੀ ਵਿੱਚ ਕੋਈ ਇਹੋ ਜਿਹੀ ਨੇਕੀ ਕੀਤੀ ਨੇ ਜਿਹੜੀ ਉਹਨੂੰ ਮਕਬੂਲ ਹੋਵੇ, ਉਹ ਨੇਕੀ ਸਾਹਮਣੇ ਰੱਖ ਕੇ ਅੱਲਾਹ ਦੀ ਬਾਰਗਾਹ ਵਿੱਚ ਦੁਆ ਕਰੋ, ਮਤਾ ਕਰਮ ਦਾ ਦਰਵਾਜ਼ਾ ਖੁੱਲ ਜਾਏ। ਮੈਂ ਜਦੋਂ ਦਾ ਉਹ ਸੰਭਾਲਿਆ ਮਜ਼ਦੂਰੀ ਕਰਦਾ ਰਿਹਾ ਵਾ, ਮੈਂ ਬੱਕਰੀਆਂ ਚਰਾਨਾ ਵਾ ਰੇ ਵੜੇ, ਮੇਰਾ ਸਾਰੀ ਜ਼ਿੰਦਗੀ ਮੈਂ ਦਿਨ ਜੰਗਲ ਵਿੱਚ ਗੁਜ਼ਾਰਦਾ ਸਾਂ, ਮੈਂ ਮੁੜ ਕੇ ਆਉਂਦਾ ਸਾਂ, ਮੇਰੇ ਬੱਚੇ ਵੀ ਸਨ, ਮੇਰੀ ਬੀਵੀ ਸੀ, ਲੇਕਿਨ ਸਭ ਤੋਂ ਪਹਿਲੇ ਮੈਂ ਆਪਣੀਆਂ ਜਾਨਵਰਾਂ ਤੇ ਬੱਕਰੀਆਂ ਦਾ ਦੁੱਧ ਚੋ ਕੇ ਆਪਣੀ ਮਾਂ ਤੇ ਪਿਓ ਨੂੰ ਪਿਲਾਉਂਦਾ ਸਾਂ, ਕਿਉਂਕਿ ਉਹਨਾਂ ਦਾ ਹੱਕ ਥਾ ਪਹਿਲੇ, ਮੇਰੀ ਬੀਵੀ ਕਾ ਹੱਕ ਬਾਅਦ ਮੇਂ ਹੈ, ਮੇਰੇ ਬੱਚੋਂ ਕਾ ਪਹਿਲੇ ਮੇਰੀ ਮਾਂ ਕਾ, ਮੇਰੇ ਬਾਹ ਮੇਰੇ ਬਾਹ ਮੇਰੇ ਬਾਹ। ਮੇਰੇ ਮਾਲਿਕ ਤੂੰ ਜਾਣਨਾ ਵੇ ਨਾ, ਮੈਨੂੰ ਜਿਹੜਾ ਯਾਦ ਪਿਆ ਆਉਂਦਾ ਮੈਂ ਤੇਰੀ ਬਾਰਗਾਹ ਵਿੱਚ ਰੱਖਦਾ ਪਿਆ ਵਾਂ, ਅਗਰ ਤੈਨੂੰ ਪਸੰਦ ਏ ਮੇਰੀ ਦੁਆ ਸੁਣ ਲੈ। ਹਾਂ ਜੀ ਜੀ, ਅਰਜ਼ ਕੀ ਕਰਦਾ ਮਾਲਿਕ, ਇੱਕ ਦਿਨ ਮੈਂ ਬਾਹਰੋਂ ਲੇਟ ਹੋ ਗਿਆ, ਜਾਨਵਰ ਮੇਰੇ ਕੋਈ ਅੱਗੇ ਪਿੱਛੇ ਹੋ ਗਏ, ਮੈਂ ਢੂੰਡਣ ਲੱਗ ਪਿਆ, ਉਹਨਾਂ ਨੂੰ ਇਕੱਠਿਆਂ ਕਰਦਿਆਂ ਕਰਦਿਆਂ ਮੈਂ ਘਰ ਪਹੁੰਚਿਆ, ਰਾਤ ਦੇਰ ਹੋ ਗਈ, ਮੇਰੇ ਅੱਲਾਹ ਮੇਰੀ ਮਾਂ ਸੋ ਗਈ ਸੀ, ਮੇਰਾ ਬਾਬਾ ਸੋ ਗਿਆ, ਤੱਕ ਤੱਕ ਪੁੱਤਰ ਨਹੀਂ ਮੁੜਿਆ, ਮੇਰੀ ਇੱਕ ਨਿੱਕੀ ਜਿਹੀ ਬੱਚੀ ਜਾਗ ਰਹੀ ਸੀ,
ਕਿਉਂਕਿ ਉਹਨੂੰ ਦੁੱਧ ਦੀ ਤਲਬ ਸੀ। ਉਹ ਚੀਸਦੀ ਤੇ ਰੋਂਦੀ ਰਹੀ ਏ ਮੈਂ ਲੇਸਾਂ। ਮੈਂ ਘਰੋਂ ਘਰ ਜਦੋਂ ਪਹੁੰਚਿਆ ਮੇਰੀ ਬੀਵੀ ਕਹਿੰਦੀ ਏ ਬੱਚੀ ਨੂੰ ਦੁੱਧ ਦੀ ਤਲਬ ਏ ਜਲਦੀ ਕਰੋ। ਮੈਂ ਦੁੱਧ ਚੋਇਆ ਮੇਰੀ ਬੀਵੀ ਕਹਿੰਦੀ ਏ ਬੱਚੀ ਨੂੰ ਦਿਓ। ਮੈਂ ਕਿਹਾ ਨਹੀਂ ਬੱਚੀ ਬਾਅਦ ਪੀਵੀਗੇ ਪਹਿਲੇ ਮੇਰੀ ਮਾਂ ਪੀਵੇ। ਮੇਰੀ ਅੱਲਾਹ ਮੈਂ ਤੱਕਿਆ ਤੇ ਮਾਂ ਸੋ ਗਈ ਸੀ। ਮੈਂ ਕਿਹਾ ਮਾਂ ਨੂੰ ਜਗਾਣਾ ਨਹੀਂ ਖੁਦ ਉੱਠੇਗੀ। ਰਾਤ ਗੁਜ਼ਰ ਗਈ ਸਹਿਰੀ ਦੇ ਟਾਈਮ ਤੇ ਮੇਰੀ ਮਾਂ ਦੀ ਅੱਖ ਖੁੱਲੀ। ਉਹ ਦੁੱਧ ਮੈਂ ਵੀ ਰਾਤੀ ਚੁੱਕ ਕੇ ਖਲਾਉਂਦਾ ਰਿਹਾ। ਹਾਏ ਹਾਏ ਮੇਰੀ ਬੱਚੀ ਵੀ ਰੋਂਦੀ ਰਹੀ ਐ ਮੇਰੇ ਮਾਲਿਕ ਤੂੰ ਜਾਣਨੇ ਨਾ ਤੇਰੀ ਮੁਹੱਬਤ ਤੋਂ ਬਾਅਦ ਸਭ ਤੋਂ ਜ਼ਿਆਦਾ ਸ਼ਫੀ ਬੰਦੇ ਵਾਸਤੇ ਉਹਦੀ ਮਾਂ ਵੇ। ਮੇਰੇ ਰੱਬਾ ਮੈਂ ਪਹਿਲੇ ਮਾਂ ਨੂੰ ਦੁੱਧ ਪਿਲਾਇਆ ਫਿਰ ਮੈਂ ਆਪਣੀ ਧੀ ਨੂੰ ਦਿੱਤਾ। ਅਗਰ ਇਹ ਮੇਰਾ ਅਮਲ ਤੈਨੂੰ ਚੰਗਾ ਲੱਗਾ ਵੇ ਮਿਹਰਬਾਨੀ ਕਰਨਾ। ਇਹ ਜਿਹੜਾ ਭਾਰੀ ਪੱਥਰਕਾਰ ਦੇ ਮੂੰਹ ਅੱਗੇ ਆ ਗਿਆ ਮਿਹਰਬਾਨੀ ਕਰਨਾ ਮਦਦ ਫਰਮਾ ਦੇ। ਕਿਤਾਬਾਂ ਵਿੱਚ ਆਉਂਦਾ ਉਹਨੇ ਦੁਆ ਕੀਤੀ ਨਾ ਔਰ ਵਾਕਈ ਉਹਦੇ ਅਮਲ ਵਿੱਚ ਇਖਲਾਸ ਸੀ ਕੋਈ ਬਨਾਵਟ ਝੂਠ ਨਹੀਂ ਸੀ। ਅੱਲਾ ਨੂੰ ਉਹਦੀ ਅਦਾ ਏ ਦੁਆ ਪਸੰਦ ਆਈ। ਤਾਰੀਖ ਵਿੱਚ ਆਉਂਦਾ ਹੈ ਕਿ ਥੋੜਾ ਜਿਹਾ ਪੱਥਰ ਖੁਦ ਬ ਖੁਦ ਅੱਲਾ ਦੇ ਹੁਕਮ ਨਾਲ ਚੁੱਕਿਆ ਗਿਆ ਜ਼ਮੀਨ ਤੋਂ। ਹੁਣ ਦੂਜੇ ਨੂੰ ਕਿਹਾ ਗਿਆ ਅਗਰ ਤੂੰ ਵੀ ਜ਼ਿੰਦਗੀ ਦੇ ਅੰਦਰ ਕੋਈ ਨੇਕ ਕੰਮ ਕੀਤਾ ਵੇ ਅੱਲਾ ਕੋਲੋਂ ਡਰਿਆ ਤੇ ਤੂੰ ਵੀ ਮੰਗ। ਹਾਏ ਹਾਏ ਹੁਣ ਦੂਜਾ ਬੰਦਾ ਕਹਿੰਦਾ ਜਨਾਬ ਮੇਰੀ ਅੱਲਾ ਮੈਂ ਇੱਕ ਦਫਾ ਆਪਣੇ ਕਿਸੇ ਕੰਮ ਵਾਸਤੇ ਮਜ਼ਦੂਰ ਪਕੜ ਕੇ ਲਿਆਂਦਾ। ਇਹ ਪਹਿਲੀ ਦੁਆ ਯਾਦ ਰੱਖਿਓ ਮਾਂ ਬਾਪ ਦੀ ਖਿਦਮਤ ਵਾਲੀ। ਜਿਹੜੇ ਗਾਫਿਲ ਹੋਣ ਅਗਲੀ ਸੁਣਿਓ ਜਿਹੜੇ ਮਜ਼ਦੂਰਾਂ ਦਾ ਮਿਹਨਤ ਕਸ਼ਾਂ ਦਾ ਹੱਕ ਮਾਰਨੇ ਹੋ ਚਾਹੇ ਛੋਟੇ ਤਬਕੇ ਨੇ ਹੋ ਜਾਂ ਉਤਲੇ ਤਬਕੇ ਨੇ ਹੋ ਜੀ ਆ ਔਰ ਇਹ ਸਾਰੀ ਕੌਮ ਮਿਹਨਤ ਕਰਦੀ ਹੈ ਟੈਕਸ ਦੇਤੀ ਹੈ ਹਕੂਮਤ ਕੇ ਲੀਏ ਵੀ ਇਹ ਹੈ ਕਿ ਵੋ ਵੀ ਜੋ ਗਰੀਬੋਂ ਕਾ ਇਨ ਮਜ਼ਦੂਰੀ ਦਿਹਾੜਾਦਾਰ ਕਾ ਜੋ ਹੱਕ ਮਾਰਤੇ ਹੈ ਹੱਕ ਇਨਕਾ ਅਦਾ ਨਹੀਂ ਕਰਦੇ ਬੜੋਂ ਕੋ ਨਵਾਜ਼ਤੇ ਉਨਕੇ ਲੀਏ ਵੀ ਹੈ। ਉਹਨੇ ਕਿਹਾ ਮੈਂ ਮਜ਼ਦੂਰ ਲਗਾਇਆ ਉਹਦੇ ਨਾਲ ਮੇਰੀ ਗੱਲ ਤੈਅ ਹੋ ਗਈ ਇਹ ਕੰਮ ਕਰਨਾ ਵੀ ਇਤਨੇ ਟਾਈਮ ਵਿੱਚ ਕਰਨਾ ਵੀ ਮੈਂ ਤੈਨੂੰ ਜੀ ਸੱਤ ਸਾਤ ਦਿਆਂਗਾ ਉਸ ਜ਼ਮਾਨੇ ਵਿੱਚ ਯਾਨੀ ਸਮਝ ਲਓ ਸੱਤ ਜਾਂ ਸਾਢੇ ਸੱਤ ਕਿਲੋ ਚਾਵਲ ਬਣਦੇ ਨੇ ਇਹ ਮੈਂ ਤੈਨੂੰ ਸ਼ਾਮ ਨੂੰ ਦਿਆਂਗਾ। ਦਿਨ ਗੁਜ਼ਰਿਆ ਕੰਮ ਜ਼ਿਆਦਾ ਸੀ ਮਜ਼ਦੂਰ ਨੇ ਕੀਤਾ ਉਹਦਾ ਪਸੀਨਾ ਪਿਆ ਵਗੇ। ਉਹਨੇ ਕਿਹਾ ਜਨਾਬ ਮੇਰੀ ਮਜ਼ਦੂਰੀ ਦੇ ਦਿਓ। ਮੈਂ ਕਿਹਾ ਜਨਾਬ ਮਜ਼ਦੂਰੀ ਇਹ ਮੈਂ ਤੈਨੂੰ ਜਿਹੜੀ ਚੁਕਾਈ ਏ ਸੱਤ ਜਾਂ ਸਾਢੇ ਸੱਤ ਕਿਲੋ ਇਹ ਲੈ ਲੈ। ਉਹਨੇ ਕਿਹਾ ਮਲਕ ਸਾਹਿਬ ਚੌਧਰੀ ਸਾਹਿਬ ਖਾਨ ਸਾਹਿਬ ਮੌਲਵੀ ਸਾਹਿਬ ਔਰ ਸਦਰ ਵਜ਼ੀਰ ਆਜ਼ਮ ਸਾਹਿਬ ਜਿਹੜੀ ਗੱਲ ਤੁਹਾਡੇ ਮੇਰੇ ਨਾਲ ਤੈਅ ਹੋਈ ਸੀ ਕੰਮ ਤੁਹਾਡਾ ਜ਼ਿਆਦਾ ਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਮਿਹਨਤ ਜ਼ਿਆਦਾ ਕੀਤੀ ਹੈ ਮੈਂ ਟਾਈਮ ਵੀ ਥੋੜ੍ਹਾ ਜਿਹਾ ਜ਼ਿਆਦਾ ਲਗਾਇਆ ਮੈਂ ਕੰਮ ਤੁਹਾਡਾ ਮੁਕਾ ਦਿੱਤਾ ਹੁਣ ਮਿਹਰਬਾਨੀ ਕਰੋ ਨਾ ਇਹ ਜਿਹੜਾ ਪਹਿਲੇ ਤੁਹਾਡਾ ਮੇਰਾ ਮੁਆਹਦਾ ਹੋਇਆ ਸੀ ਉਸ ਤੋਂ ਕੰਮ ਜ਼ਿਆਦਾ ਨਿਕਲਿਆ ਮੈਂ ਕੀਤਾ ਹੱਕ ਅਦਾ ਕੀਤਾ ਮਿਹਰਬਾਨੀ ਕਰੋ ਮੇਰੀ ਕੁਝ ਮਜ਼ਦੂਰੀ ਥੋੜ੍ਹੀ ਜ਼ਿਆਦਾ ਦੇ ਦਿਓ। ਉਹ ਮਲਕ ਸਾਹਿਬ ਗੁੱਸੇ ਵਿੱਚ ਆ ਗਏ ਉਹਨਾਂ ਕਿਹਾ ਲੈਣੀ ਆ ਤੇ ਲੈ ਲੈਣੀ ਤਾਂ ਜਾ। ਮਜ਼ਦੂਰ ਨੇ ਕਿਹਾ ਨਹੀਂ ਹੱਕ ਕੁਝ ਜ਼ਿਆਦਾ ਬਣਦਾ ਉਹ ਦਿਓ ਤੇ ਮੈਂ ਸਾਰੀ ਲਵਾਂਗਾ ਵਰਨਾ ਰਹਿਣ ਦਿਓ ਤੁਹਾਨੂੰ। ਮਜ਼ਦੂਰ ਚਲਾ ਗਿਆ ਮਜ਼ਦੂਰ ਮਜ਼ਦੂਰੀ ਛੋੜ ਕੇ ਚਲਾ ਗਿਆ ਕੰਮ ਕਰ ਗਿਆ। ਪਿੱਛੋਂ ਬੀਵੀ ਕਹਿੰਦੀ ਏ ਉਹ ਮੇਰੇ ਖਾਵੰਦ ਬੜੀ ਜ਼ਿਆਦੀ ਕੀਤੀ ਆ ਗਰੀਬ ਦਾ ਹੱਕ ਮਾਰੇ ਅਗਰ ਥੋੜੀ ਚਾਰਾਂ ਨੇ ਮਜ਼ਦੂਰੀ ਫਾਲਤੂ ਬਣਦੀ ਸੀ ਦੇ ਦੇਵੇ ਆ ਕੇ ਫਰਕ ਪਵੇ ਆ ਬੜੀ ਜ਼ਿਆਦੀ ਕੀਤੀ ਆ। ਯਾਦ ਰੱਖ ਲੈ ਕਿਆਮਤ ਵਾਲੇ ਦਿਨ ਅੱਲਾ ਦੀ ਪਕੜ ਬੜੀ ਡਾਡੀ ਆ। ਮੈਂ ਪਿੱਛੇ ਦੌੜਿਆ ਮਗਰ ਮਜ਼ਦੂਰ ਨਿਕਲ ਗਿਆ ਹੁਣ ਹੋਇਆ ਕੀ ਏ ਮੇਰੇ ਅੱਲਾ ਤੂੰ ਜਾਣਨਾ ਵੇ ਸਾਲ ਗੁਜ਼ਰ ਗਿਆ ਬੰਦਾ ਨਾ ਮਿਲਿਆ। ਮੈਂ ਉਹਦੇ ਸਾਢੇ ਸੱਤ ਕਿਲੋ ਚਾਵਲ ਇੱਕ ਜ਼ਮੀਨ ਵਾ ਕੇ ਮਜ਼ਦੂਰੀ ਕਰਕੇ ਬੀਜ ਬੋਇਆ ਜੀ ਚਾਵਲ ਬੀਜੇ ਜਾਂ ਗੰਦਮ ਬੀਜੀ ਸਾਲ ਦੇ ਬਾਅਦ ਬਹੁਤ ਸਾਰੀ ਮਿਕਦਾਰ ਗੰਦਮ ਦੀ ਹੋ ਗਈ। ਉਸ ਗੰਦਮ ਵਿੱਚੋਂ ਜਾਂ ਚਾਵਲਾਂ ਵਿੱਚੋਂ ਸਾਢੇ ਸੱਤ ਮੈਂ ਇਲਾਦਾ ਕਰਕੇ ਉਹਦੇ ਜਿਹੜੇ ਬਣਦੇ ਸਨ ਰੱਖ ਦਿੱਤੇ ਬਾਕੀ ਮੈਂ ਵੇਚ ਦਿੱਤਾ।
हाँ अगला साल आया फिर मैं जनाब वही साढ़े सत वखरा रख दिते बाकी मैं जरा प्रॉफिट बीज बचिया मैं बाजार विच बेचिया उन्हां दे जनाब मैं माल मवेशी लेके आ गया उन्हां पैसिया विचो गुलाम भी मैं खरीद लिता उन्हूं किया सिरेवड़ दी इस माल डंगर मजिया दी राखी करनी आ जंगल विच उन्हूं छोड़ दिता वो मेरा माल भी वधा गया जी जी वो गुलाम रखवाली करदा रहा एक नहीं दो नहीं गालबन दस साल गुजर गए दस साल तो बाद अचानक या लभदिया मैनू मजदूर मिल गए जो मजदूर मिलिया मेरे सामने आया ते उस मजदूर ने किया मलक साहब याद लेना मेरा हक तुसा रखिया है कियामत वाले दिन अल्लाह इंसाफ करेगा मैं उन्हूं पकड़ के घर लेके आया मैं किया ऐ ले तेरा जड़ा हक सी उन्हें किया जुनाब ए जुनाब मेरा हक कितना सी फरमाए साढ़े सात किलो ते तेरा सी अजे भी मैं बचा के रखे है उस साढ़े सात विचो जड़ा प्रॉफिट होंदा रे मुनाफा ए सारा अजड़ माल भी तेरा इनू चराण वाला ए गुलाम भी तेरा मेहरबानी कर ले ए सारा कुछ तेरा वे ले जा पर कियामत वाले दिन मैनू अल्लाह दी बारगाह विच पकड़ी नहीं रोन वाला कहंदे दूजा बंदा मालका अगर ए मेरा इखलास तेनू कबूल है मैं सच्चे दिल नाल नियत कीती सी इदे सदके मेरी दुआ कबूल थोड़ा पत्थर और उठ गया हाय 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 हुण तीजे नू किया तेनू भी कोई जिंदगी विच नेकी याद ही ता मंग अल्लाह कोलो ओ कहंदे सजनो एक जमाना सी जवानी शबाब हाय 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 इलाके विच अंदर पिंड दे अंदर शहर दे अंदर मेनू एक औरत चंगी लग गई मेरी अखां नूं भाई आए हाय मेनू दे नाल प्यार हो गया प्यार मेरी अख ने उस औरत दा चेहरा वेख्या मेनू प्यार हो गया ओए डाला बंद कीता गलती अखियां दी जिन्ना डोल पसंद कीता चौधरी जी तुसीं दाग छोड़ो सुभान अल्लाह बड़ा दाग बनना ना माइया सुनाइए डाला बंद कीता ओ गलती अखियां दी ओ जिन्ना डोल पसंद कीता मैनू औरत चंगी लग गई मैं उन्हूं किया जरा मैं तेरे नाल प्यार करना वा मैं तेरे नाल इश्क करना वा उन्हें किया अगर ये गल ले ते फिर जिथे प्यार हो जाए पिछले तो पिछले जुमे या पिछले जुमे अज कीता है ना ओ जिदा पियड़ा महबूब बन जाए फिर महबूबा दे नखरे उठाने पैंदे ने उन्हें किया प्यार मेरे नाल ही आ मेरे नेड़े आना चाहे उस जमाने विच एक सौ सोने दा सिक्का अशरफिया दीनार लिया मैं तेरी हो गई हाय हाय हुजूर मेरे मालिक मेरी अल्लाह कई साल गुजर गए मैं उदी मोहब्बत विच अन्ना हो के मेहनत करदा रहा वा जदो मेरे कोल 100 सिक्का सोने दा कट्ठा हो गया मैं लेके उस औरत कोल चला गया मैं क्या तेरी शर्त पूरी कर दीती है ऐला 100 सिक्का सोने दा हुण ते मैं नेड़े आवा ना मैं इंज उंगल अगे उदे वल कीती उन्हें क्या खबरदार डर उस रब कोलों जिने तेनू पैदा फरमा डर उस रब कोलों जिने मेनू भी हुसन दिता सूरती उत्ते आए हाय हाय अरवे खड़ी बोले सूरती उत्ते आशिक होना ओए नहीं तेरी दानाई आशिक हो उस कारीगर ते जिसे शकल बनाई डर उस रब कोलो अंगल अगे ना करी ओ सोने दे 100 सिक्के देण वाले अंगल अगे ना करी हाय हाय मेरा जिस्म तेरे ते हराम है हाय मेरा जिस्म तेरे ते हराम है खबरदार अंगल अगे ना करी उन्हें किया मैं 100 सोने दा सिक्का तेनू दिता है
उन्हें किया दिता जरूरी लेकिन सुनना मैं तेरी नहीं हां मैं ते उदिया जिन्हें पैदा कीता मैं तेरे ते हराम हां उन्हें किया तेरी शर्त सी फरमाया बेशक शर्त तू जित गया में ले आवे लेकिन तेनू प्यार मेरे हुसन लसी ते जानने मेरे हुसन दा मालिक कौन है मेरा अल्लाह हाय हाय जिस रब ने मेनू पैदा कीता उन्हें किया जद मैं 100 सोने दा सिक्का भी दिता है फिर भी तू हलाल नहीं है फरमाया एक गल पैसियां दी नहीं आ हुन सुनना मेरी गल अगर उंगली मेनू लाना चाहना है ते जेड़ा मेरे मालिक दा फरमान है ना मेरे नल निकाह कर ले मेरे नल की कर ले निकाह कर ले मैं तेरे ते हलाल हो जावांगी मेरी अल्लाह अगर ए मेरा अमल मैं तेरे कोल डर के मैं उदे नेड़े नहीं गया मैं उदे नाल निकाह कीता वे अगर ए मेरा अमल तेनू चंगा लगदा है मेहरबानी करना साडी दुआ कबूल कर ले तीसरे बंदे दी दुआ पत्थर होर उत्ते चुग गया ओ तीनों गार तो बाहर आ गए मेरे नबी ने फरमाया रहमतुल लिल आलमीन नबी ने फरमाया गुलामो अल्लाह कोल दुआ मंगना दुआ मंगन नाल कमली वाले हुंदा की है फरमाया दुआ करन नाल मेरा रब लिखियां होईयां तकदीरां बदल देंदा है लिखिया उन्हें अपनी मर्जी नाल सी हुण बंदे मंगे है ना ओ कहंदा मैं तां इंज लिखिया सी लेकिन चल तू तो हुण मंगिया इंज कर देने आए आए अल्लाह इकबाल कहंदा है खुदी को कर बुलंद इतना के हर तकदीर से पहले खुदा बंदे से खुद पूछे बता तेरी रजा क्या है।